ਹਲਚਲ ਟੀਵੀ ਨਿਊਜ਼। ਅੱਜ ਦੇ ਯੁੱਗ ਵਿੱਚ ਜਿੱਥੇ ਧੀਆਂ ਨੂੰ ਕੁੱਖ 'ਚ ਮਾਰਿਆ ਜਾਂਦਾ ਹੈ ਤੇ ਘਰ ਵਿੱਚ ਲੜਕੀ ਹੋਣ ਤੇ ਉਸਨੂੰ ਬੋਝ ਮੰਨਿਆ ਜਾਂਦਾ ਹੈ, ਪਰ ਹੁਣ ਲੜਕੀਆਂ ਲੜਕਿਆਂ ਨਾਲੋਂ ਕਿਸੇ ਵੀ ਖੇਤਰ 'ਚੋਂ ਘੱਟ ਨਹੀਂ ਨੇ। ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਹੈ ਵਿਰਾਸਤੀ ਸ਼ਹਿਰ ਨਾਭਾ ਬਲਾਕ ਦੇ ਪਿੰਡ ਮਹਿਸ ਵਿਖੇ, ਜਿੱਥੇ 23 ਸਾਲਾਂ ਹਰਜਿੰਦਰ ਕੌਰ ਨੇ ਪਿੰਡ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਨਾਮ ਰੋਸ਼ਨ ਕਰਕੇ ਆਪਣੇ ਮਾਤਾ ਪਿਤਾ ਦਾ ਨਾਮ ਫਖਰ ਨਾਲ ਉੱਚਾ ਕੀਤਾ ਹੈ। ਹਰਜਿੰਦਰ ਕੌਰ ਨੇ ਉੜੀਸਾ ਦੇ ਭੁਵਨੇਸ਼ਵਰ 'ਚ ਖੋਲ੍ਹੇ ਇੰਡੀਆ ਵੇਟ ਲਿਫਟਿੰਗ 'ਚ 191 ਕਿਲੋ ਭਾਰ ਚੁੱਕ ਕੇ ਪੂਰੇ ਭਾਰਤ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨਾ ਤਗਮਾ ਹਾਸਲ ਕੀਤਾ ਹੈ। ਪਿੰਡ ਵਿੱਚ ਹਰਜਿੰਦਰ ਕੌਰ ਦਾ ਪਹੁੰਚਣ ਤੇ ਜਿੱਤ ਦੀ ਖੁਸ਼ੀ ਮਨਾਈ ਗਈ ਹੈ। ਹਰਜਿੰਦਰ ਕੌਰ ਨੇ ਕਿਹਾ ਹੈ ਕਿ ਅੱਜ ਜੋ ਮੈਂ ਇਸ ਮੁਕਾਮ ਤੇ ਪਹੁੰਚੀ ਹਾਂ ਆਪਣੇ ਪਰਿਵਾਰ ਦੇ ਸਦਕਾ ਹੀ ਪਹੁੰਚੀ ਹਾਂ ਤੇ ਮੈਂ ਓਲੰਪਿਕ ਵਿੱਚ ਵੀ ਆਪਣੀ ਜਗ੍ਹਾ ਬਣਾਵਾਂਗੀ। ਤੁਸੀਂ ਕਾਫੀ ਮੋਟੀਵੇਟ ਕੀਤਾ ਹੈ। ਦੇਖੋ ਜੀ, ਮੈਂ ਤਾਂ ਸਮੇਂ ਤੇ ਜਦੋਂ ਵੀ ਕਦੇ ਇਹਦੀ ਮੋਟੀਵੇਸ਼ਨ ਡਾਊਨ ਹੋਣ ਲੱਗਦੀ ਸੀ ਤਾਂ ਮੈਂ ਇਹਨੂੰ ਫੋਨ ਰਾਹੀਂ ਜਾਂ ਇਹਦੇ ਕੋਲ ਸਪੈਸ਼ਲ ਜਾ ਕੇ ਇਹਨੂੰ ਮਿਲ ਕੇ ਆਉਣਾ, ਇਹਨੂੰ ਕਹਿਣਾ ਵੀ ਦੇਖੋ ਕੋਈ ਵੀ ਕੰਮ ਆਪਾਂ ਕਰਨਾ ਹੁੰਦਾ ਸਟਾਰਟਿੰਗ ਵਿੱਚ ਤੁਹਾਨੂੰ ਔਖਾ ਲੱਗਦਾ, ਫਿਰ ਹੌਲੀ ਹੌਲੀ ਤੁਹਾਡੀ ਉਹ ਹੈਬਿਟ ਬਣ ਜਾਂਦੀ ਹੈ। ਸੋ ਇਸੇ ਥਰੂ ਜਿਵੇਂ ਮੈਂ ਇਹਨੂੰ ਕਿਹਾ ਉਸੇ ਹਿਸਾਬ ਨਾਲ ਇਹ ਲਗਾਤਾਰ ਚੱਲੀ ਗਈ। ਸੋ ਮੈਡਲ ਤਾਂ ਦੇਖੋ ਜਿਹੜਾ ਬੰਦਾ ਮਿਹਨਤ ਕਰਦਾ ਚਾਹੇ ਉਹ ਕਿਸੇ ਵੀ ਖੇਤਰ ਦੇ ਵਿੱਚ ਹੈਗੀ ਹੈ ਉਹਨੂੰ ਸਫਲਤਾ ਤਾਂ ਮਿਲਣੀ ਓ ਮਿਲਣੀ ਹੈ। ਔਰ ਬਾਕੀ ਮੈਂ ਦੇਖੋ ਅੱਜ ਏਡਾ ਵੱਡਾ ਆਪਾਂ ਪਿੰਡ ਲੈਵਲ 'ਤੇ ਪ੍ਰੋਗਰਾਮ ਕੀਤਾ, ਇਹ ਕਰਨ ਦਾ ਸਿਰਫ ਇਹੀ ਮਕਸਦ ਹੈ ਵੀ ਬਾਕੀ ਜਿਹੜੇ ਪਿੰਡ ਦੇ ਹੋਰ ਬੱਚੇ ਆ, ਕੁੜੀਆਂ ਆ, ਘਰਾਂ ਦੇ ਵਿੱਚ ਉਹਨਾਂ ਨੂੰ ਵੀ ਪ੍ਰੇਰਨਾ ਮਿਲੇ, ਪਿੰਡ ਦੇ ਵਿੱਚ ਵੀ ਅੱਗੇ ਜਾਣ, ਬਾਹਰ ਨਿਕਲਣ। ਕਿਉਂਕਿ ਸਾਡੇ ਕਈ ਵਾਰ ਨਾ ਸਾਡੇ ਮਨਾਂ ਦੇ ਵਿੱਚ ਇਹ ਹੁੰਦਾ ਵੀ ਬਾਹਰ ਜਾ ਕੇ ਕੁੜੀਆਂ ਨੂੰ ਪਤਾ ਨਹੀਂ ਕੀ ਹੋ ਜੂਗਾ, ਪਰ ਇਹ ਤਾਂ ਦੇਖੋ ਜੇ ਆਪਾਂ ਬਾਹਰ ਭੇਜਾਂਗੇ ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ ਹੈਗੀ। ਸੋ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪੜ੍ਹਾਓ ਜਿੰਨਾ ਵੀ ਹੋ ਸਕਦਾ, ਔਰ ਜੋ ਤੁਹਾਡਾ ਬੱਚਾ ਕਰਨਾ ਚਾਹੁੰਦਾ ਉੱਥੇ ਉਹਨੂੰ ਭੇਜੋ, ਮਿਹਨਤ ਕਰੋ, ਆਪਣੇ ਦੇਸ਼ ਦਾ ਨਾਂ ਰੋਸ਼ਨ ਕਰੋ, ਪਰਿਵਾਰ ਦਾ ਨਾਂ ਰੋਸ਼ਨ ਕਰੋ, ਤਰੱਕੀਆਂ ਕਰੋ ਸਾਰੇ। ਜਿੰਨੀ ਵੀ ਤੰਗੀਆਂ ਸੰਗਾਈਆਂ ਸਭ ਕੱਟ ਕੇ ਵੀ ਚੱਲ ਪਹਿਲੋਂ ਮੁੰਡੇ ਦੇ ਮਗਰ ਫਿਰ ਇਹਦੇ ਕਰਤਾ ਵੀ ਤੂੰ ਹੁਣ ਸਾਨੂੰ ਤੂੰ ਹੀ ਵਿਗਾਣਾ, ਇਹਨੇ ਜੋ ਵੀ ਕੀਤਾ ਠੀਕ ਕੰਮ ਕਰਕੇ। ਅੱਜ ਮੈਡਲ ਲੈ ਕੇ ਕਿੰਨੀ ਖੁਸ਼ੀ ਆ? ਖੁਸ਼ੀਆਂ ਤੇ ਰਾਤੀਆਂ ਪਰ ਇਹ ਨਹੀਂ, ਰੋਟੀ ਨਹੀਂ ਖਾਧੀ ਗਈ, ਇੰਨੀ ਖੁਸ਼ੀ ਹੈ। ਹਾਂ, ਬਹੁਤ ਜ਼ਿਆਦਾ ਖੁਸ਼ੀ ਹੋਈ ਬਈ। ਖੇਡਾਂ ਚ ਪੈਣਗੇ ਤਰੱਕੀਆਂ ਹੁੰਦੀਆਂ ਨੇ, ਹੋਰ ਤਰੱਕੀ ਕਰੀਏ। ਅਸੀਂ ਤੇ ਇਹ ਗੱਲ ਕਹਿੰਦੇ ਬੱਚਿਆਂ ਨੂੰ ਜਿੰਨਾ ਪੜ੍ਹਾਇਆ ਜਾਂਦਾ ਹੈ ਖੇਡਾਂ ਚ ਓਨਾ ਹੀ ਪਾਓ ਤੇ ਨਸ਼ੇ ਤੋਂ ਬੱਚੇ ਦੂਰ ਰਹਿਣ। ਨਸ਼ਾ ਜਿਹੜਾ ਬਹੁਤ ਮਾੜੀ ਚੀਜ਼ ਹੈ। ਤੁਸੀਂ ਮੰਨਦੇ ਵੀ ਲੜਕੀਆਂ ਅੱਜ ਕੱਲ ਘੱਟ ਨਹੀਂ ਹੈਗੇ? ਲੜਕੇ ਵੱਧ ਨੇ ਜੀ, ਹੁਣ ਬਰਾਬਰ ਦਾ ਹੱਕ, ਪੰਚਾਇਤ 'ਚ ਲਾ ਲਓ, ਬਨਸਪਤ ਲਾ ਲਓ, ਸਾਰੇ ਬਰਾਬਰ ਦਾ ਹੱਕ ਔਰਤ ਨੂੰ। ਕੌਣ ਕਹਿੰਦਾ ਨਹੀਂ? ਹੁਣ ਬਰਾਬਰ ਦਾ ਧੀਆਂ ਨੂੰ ਹੱਕ, ਇੱਥੋਂ ਵੱਧ ਨੇ ਧੀਆਂ। ਕੁੜੀਆਂ ਦੇ ਨੰਬਰ ਜ਼ਿਆਦਾ ਨੇ, ਮੁੰਡਿਆਂ ਦੇ ਨੰਬਰ ਘੱਟ ਨੇ। ਕੁੜੀਆਂ 70% ਆ ਰਹੀਆਂ ਨੇ, ਮੁੰਡੇ 30% ਆ ਰਹੇ ਨੇ। ਉਸੇ ਤਰ੍ਹਾਂ ਖੇਡਾਂ 'ਚ ਵੀ ਅੱਗੇ, ਹੋਰ ਖੇਡਾਂ 'ਚ ਵੀ ਅੱਗੇ, ਹਰੇਕ ਕੰਮ 'ਚ ਤੁਸੀਂ ਲਾ ਲਓ, ਆਪਣੀਆਂ ਬੇਟੀਆਂ ਅੱਗੇ ਨੇ, ਹਰੇਕ ਕੰਮ ਜਿੱਥੇ ਮਰਜ਼ੀ ਲਾ ਲਓ। ਧੀਆਂ ਦਾ ਸਭ ਤੋਂ ਜ਼ਿਆਦਾ ਸਹਿਯੋਗ ਧੀਆਂ ਦਾ। ਹੁਣ ਹਰਜਿੰਦਰ ਕੌਰ ਜੀ, ਤੁਸੀਂ ਖੇਲੋ ਇੰਡੀਆ ਵਿੱਚ ਕਿਹੜਾ ਸਥਾਨ ਪ੍ਰਾਪਤ ਕੀਤਾ, ਕਿੰਨੀ ਖੁਸ਼ੀ ਹੈ? ਖੇਲੋ ਇੰਡੀਆ ਵਿੱਚ ਮੈਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਬਹੁਤ ਜ਼ਿਆਦਾ ਖੁਸ਼ੀ ਹੈ, ਬਹੁਤ ਜ਼ਿਆਦਾ, ਕਿਉਂਕਿ ਇੰਨੇ ਵੱਡੇ ਲੈਵਲ 'ਤੇ ਪਹਿਲਾ ਸਥਾਨ ਹਾਸਲ ਕਰਨਾ ਕੋਈ ਵੱਡੀ ਵੱਡੀ ਗੱਲ ਨਹੀਂ ਹੁੰਦੀ, ਬਹੁਤ ਮਿਹਨਤ ਕਰਨੀ ਪੈਂਦੀ ਹੈ ਇਹਦੇ ਵਾਸਤੇ। ਅਤੇ ਮੈਂ ਬਹੁਤ ਮਿਹਨਤ ਤੋਂ ਬਾਅਦ ਪਹਿਲਾ ਸਥਾਨ ਹਾਸਲ ਕੀਤਾ ਖੇਲੋ ਇੰਡੀਆ ਗੇਮਸ 'ਚ, ਅਤੇ ਉਮੀਦ ਹੈ ਕਿ ਮੈਂ ਅੱਗੇ ਵੀ ਤਰੱਕੀਆਂ ਕਰਦੀ ਰਹੂੰਗੀ ਅਤੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰੂੰਗੀ। ਕਿੰਨੇ ਕੁ ਪਾਰਟੀਸਪੇਟ ਸੀ ਪੰਜਾਬ ਦੇ, ਕਿੰਨੇ ਪੰਜਾਬ 'ਚ ਕਿੰਨੇ ਜਾਣੇ ਸੀ ਪਾਰਟੀਸਪੇਟ ਕਰਨ? ਆਲ ਇੰਡੀਆ 'ਚੋਂ ਮਤਲਬ ਬੱਚੇ ਸੀਗੇ, ਆਲ ਇੰਡੀਆ ਦੇ ਟੋਟਲ ਮਤਲਬ 7 ਬੱਚਿਆਂ ਦੇ ਵਿੱਚੋਂ ਮੈਂ ਪਹਿਲਾ ਸਥਾਨ ਹਾਸਲ ਕੀਤਾ ਪੰਜਾਬ 'ਚ। ਤੁਸੀਂ ਬਸ ਹਾਂਜੀ ਪੰਜਾਬ 'ਚ ਇਕੱਲੇ ਸੀ? ਹਾਂਜੀ ਸਰ। ਆਪਣੇ ਬ੍ਰਦਰ ਨੂੰ ਕ੍ਰੈਡਿਟ ਦਊਂਗੀ ਕਿਉਂਕਿ ਮੇਰੇ ਬ੍ਰਦਰ ਨੇ ਮੈਨੂੰ ਹਰ ਟਾਈਮ ਮੋਟੀਵੇਟ ਕੀਤਾ ਅੱਗੇ ਵਧਣ ਲਈ। ਜੋ ਵੀ ਨਾ ਕਰਦਾ ਤਾਂ ਸ਼ਾਇਦ ਮੈਂ ਅੱਗੇ ਨਾ ਵੱਧ ਸਕਦੀ, ਅਤੇ ਉਹਦੀ ਵਜ੍ਹਾ ਕਰਕੇ ਅੱਜ ਮੈਂ ਇੱਥੇ ਹਾਂ ਅਤੇ ਆਪਣੇ ਮਾਂ ਬਾਪ ਦਾ, ਆਪਣੇ ਭਰਾ ਦਾ ਅਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੀ ਹਾਂ। 23 ਸਾਲ ਦੀ ਉਮਰ 'ਚ ਕਾਫੀ ਵੱਡਾ ਤੁਹਾਨੂੰ ਮਾਣ ਹਾਸਲ ਹੋਇਆ, ਹੋਰ ਅੱਗੇ ਕਿੱਥੇ ਤੱਕ ਜਾਣਾ ਚਾਹੁੰਦੇ ਤੁਸੀਂ? ਏਮ ਤਾਂ ਮੇਰਾ ਮਤਲਬ ਹੈ ਕਿ ਮੈਂ ਓਲੰਪਿਕ ਲੈਵਲ ਤੱਕ ਆਪਣਾ ਮਤਲਬ ਮੈਡਲ ਜਿੱਤਾਂ, ਓਲੰਪਿਕ ਲੈਵਲ ਤੱਕ ਜਾਵਾਂ। ਬਾਕੀ ਮਿਹਨਤ ਕਰਦੀ ਰਹੂੰਗੀ, ਰੱਬ ਕਰੇਗਾ ਤਾਂ ਓਲੰਪਿਕ ਲੈਵਲ ਤੱਕ ਵੀ ਮੈਡਲ ਲੈ ਕੇ ਆਊਂਗੀ ਅਤੇ ਆਪਣੀ ਇੰਡੀਆ ਦਾ ਨਾਮ ਰੋਸ਼ਨ ਕਰੂੰਗੀ। ਮੇਨ ਗੱਲ ਹੁੰਦੀ ਹੈ ਪ੍ਰੈਕਟਿਸ ਦੀ, ਪ੍ਰੈਕਟਿਸ ਕਿੱਥੇ ਕਰਦੇ ਅਤੇ ਕੌਣ ਕੋਚ ਸੀ ਜਿਹੜਾ ਤੁਹਾਨੂੰ ਪ੍ਰੈਕਟਿਸ ਕਰਾਉਂਦਾ? ਪ੍ਰੈਕਟਿਸ ਸਰ ਮੈਂ ਪੰਜਾਬੀ ਯੂਨੀਵਰਸਿਟੀ ਵਿਖੇ ਕਰਦੀ ਹਾਂ ਪਟਿਆਲਾ,
ਪਰਮਜੀਤ ਸਰ ਮੇਰੇ ਕੋਚ ਹੈ, ਪਰਮਜੀਤ ਸ਼ਰਮਾ ਅਰਜੁਨ ਅਵਾਰਡੀ ਆ, ਉਹ ਅਰਜੁਨ ਅਵਾਰਡ ਮਤਲਬ ਲੈ ਚੁੱਕੇ ਹਾਂ 14 ਵਾਰ, ਮਤਲਬ ਕੰਟੀਨਿਊ ਨੈਸ਼ਨਲ ਮੈਡਲਿਸਟ ਆ। ਅਤੇ ਉਹਨਾਂ ਕੋਲ ਮੈਂ ਪ੍ਰੈਕਟਿਸ ਕਰਦੀ ਹਾਂ ਸਵੇਰੇ ਸ਼ਾਮ, ਸਾਡੀ ਬਹੁਤ ਹਾਰਡ ਟ੍ਰੇਨਿੰਗ ਹੁੰਦੀ ਹੈ। ਹਾਰਡ ਟ੍ਰੇਨਿੰਗ ਤੋਂ ਬਾਅਦ ਹੀ ਮਤਲਬ ਅਸੀਂ ਮੈਡਲ ਲੈ ਸਕਦੇ ਹਾਂ, ਕਿਉਂਕਿ ਪ੍ਰੈਕਟਿਸ ਹੀ ਮੇਨ ਹੁੰਦੀ ਹੈ ਇੱਕ ਬੱਚੇ ਲਈ ਮੈਡਲ ਲੈਣ ਵਾਸਤੇ, ਪ੍ਰੈਕਟਿਸ ਮੇਨ ਹੁੰਦਾ। ਅਤੇ ਵੇਟ ਲਿਫਟਿੰਗ ਦਾ ਜਿਹੜਾ ਹੈਗਾ ਮੇਨ ਉੱਥੇ ਸੀ ਕੰਪੀਟੀਸ਼ਨ, ਤੁਹਾਨੂੰ ਲੱਗਦਾ ਸੀ ਵੀ ਤੁਸੀਂ ਲੈ ਜਾਓਗੇ? ਹਾਂਜੀ, ਕੌਨਫੀਡੈਂਸ ਸੀਗਾ ਜੀ ਮੈਨੂੰ, ਕਿਉਂਕਿ ਮੈਂ ਆਲਰੇਡੀ ਪਹਿਲਾਂ ਹੀ 2 ਵਾਰ ਮੈਡਲ ਲੈ ਕੇ ਜਾ ਚੁੱਕੀ ਹਾਂ, ਮਤਲਬ ਆਲ ਇੰਡੀਆ ਇੰਟਰ ਯੂਨੀਵਰਸਿਟੀ 'ਚੋਂ, ਤਾਂ ਮੈਨੂੰ ਉਮੀਦ ਸੀ ਕਿ ਮੈਂ ਇੱਥੋਂ ਵੀ ਗੋਲਡ ਹੀ ਲੈ ਕੇ ਜਾਊਂਗੀ, ਕਿਉਂਕਿ ਮੈਨੂੰ ਆਪਣੀ ਪ੍ਰੈਕਟਿਸ 'ਤੇ ਪੂਰਾ ਭਰੋਸਾ ਹੈ ਕਿ ਮੈਂ ਮੈਡਲ ਲੈ ਕੇ ਜਾਊਂਗੀ। ਤੁਸੀਂ ਕਿਸ ਦੇਸ਼ ਜਾਣਾ ਚਾਹੁੰਦੇ ਹੋ, ਖਾਸ ਕਰਕੇ ਲੜਕੀਆਂ ਨੂੰ, ਕਿਉਂ ਅਜੇ ਤੱਕ ਵੀ ਮਾਂ ਬਾਪ ਬੋਝ ਸਮਝਦੇ ਨੇ ਕੁੱਖਾਂ ਵਿੱਚ ਮਾਰੇ? ਮੈਂ ਤਾਂ ਇਹੀ ਸੰਦੇਸ਼ ਦਊਂਗੀ ਕਿ ਸਾਰਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਅੱਗੇ ਵਧਾਓ ਕਿ ਬਾਹਰ ਭੇਜੋ, ਕਿਉਂਕਿ ਜ਼ਿਆਦਾਤਰ ਇੱਦਾਂ ਪੇਰੈਂਟਸ ਕਰਦੇ ਆ ਕਿ ਬਾਹਰ ਨਹੀਂ ਭੇਜਦੇ ਬੱਚਿਆਂ ਨੂੰ, ਕਿ ਕੁੜੀਆਂ ਨੂੰ ਖਾਸ ਕਰਕੇ, ਕਿ ਮਤਲਬ ਜਿੱਦਾਂ ਅੱਜ ਕੱਲ੍ਹ ਦਾ ਮਾਹੌਲ ਹੈ। ਪਰ ਇੱਦਾਂ ਕੁਛ ਨਹੀਂ ਹੁੰਦਾ, ਇਹ ਸਿਰਫ ਟੀਵੀ 'ਚ ਦਿਖਾਉਣ ਦੀਆਂ ਗੱਲਾਂ ਹੁੰਦੀਆਂ ਨੇ ਕਿ ਇੱਦਾਂ ਹੋ ਗਿਆ ਹੋ ਗਿਆ, ਪਰ ਇੱਦਾਂ ਕੁਛ ਨਹੀਂ ਹੈ। ਅਸੀਂ ਮੈਨੂੰ 5 ਸਾਲ ਹੋ ਗਏ ਮੈਂ ਬਾਹਰ ਰਹਿੰਦੀ ਨੂੰ, ਪਰ ਇੱਦਾਂ ਦਾ ਕੁਛ ਨਹੀਂ ਹੈ। ਮਤਲਬ ਉਹ ਬੱਚੇ ਆਪਣੇ ਉੱਪਰ ਡਿਪੈਂਡ ਹੁੰਦਾ ਅਸੀਂ ਕੀ ਕਰ ਰਹੇ ਹਾਂ ਕੀ ਨਹੀਂ ਕਰ ਰਹੇ ਬਾਹਰ ਰਹਿ ਕੇ। ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਸਾਰਿਆਂ ਨੂੰ ਕਿ ਆਪਣੇ ਬੱਚਿਆਂ ਨੂੰ, ਕੁੜੀਆਂ ਨੂੰ ਵੱਧ ਤੋਂ ਵੱਧ ਅੱਗੇ ਬਾਹਰ ਭੇਜੋ, ਤਾਂ ਕਿ ਸਾਡਾ ਪੰਜਾਬ ਤਰੱਕੀ ਕਰ ਸਕੇ। ਤੁਸੀਂ 5 ਸਾਲ ਦੀ ਉਮਰ ਵਿੱਚ ਪ੍ਰੈਕਟਿਸ ਕਰਨ ਲੱਗੇ, 5 ਸਾਲ ਹੋ ਗਏ ਤੁਹਾਨੂੰ? ਮੈਨੂੰ 5 ਸਾਲ ਹੋ ਗਏ, ਮੈਂ BA ਸੈਕਿੰਡ 'ਚ ਸਟਾਰਟ ਕੀਤੀ ਸੀ ਲਿਫਟਿੰਗ, ਅਤੇ ਹੁਣ ਮੈਂ BPED ਸੈਕਿੰਡ ਈਅਰ 'ਚ ਹਾਂ, ਮੈਨੂੰ 5 ਸਾਲ ਹੋ ਗਏ ਲਿਫਟਿੰਗ ਕਰਦੇ ਨੂੰ। ਚਮਤਕਾਰ ਹੁੰਦੇ ਨੇ ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਪਾਓ ਹਰ ਪਰੇਸ਼ਾਨੀ ਦਾ ਹੱਲ। 7 ਤਿਲਮਾਂ ਦੇ ਮਾਹਿਰ ਰਾਹੁਲ ਜੋਸ਼ੀ ਜੀ, ਮੇਰੇ ਕਿੱਤੇ ਨੂੰ ਕੋਈ ਘੱਟ ਨਹੀਂ ਸਕਦਾ, ਸਪੈਸ਼ਲਿਸਟ ਲਵ ਮੈਰਿਜ, ਵਸ਼ੀਕਰਨ, ਲੋਟਰੀ ਨੰਬਰ, ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ 'ਚ ਅਣਬਣ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਔਲਾਦ ਸੁੱਖ, ਨਸ਼ਾ ਜਾਂ ਬੁਰੀ ਸੰਗਤ ਛੁਡਵਾਉਣਾ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਵਿੱਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵੱਸ 'ਚ ਕਰੋ, ਲੋਟਰੀ ਨੰਬਰ ਪਾਓ 6-4-9 ਹੋਵੇ ਜਾਂ ਲੋਟੋਮੈਕਸ। ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਅਤੇ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। 9815734870। ਫ੍ਰੀ ਸੇਵਾ, ਫ੍ਰੀ ਸਮਾਧਾਨ। ਵਿਦੇਸ਼ 'ਚ ਬੈਠੇ ਕਿਉਂ ਪਰੇਸ਼ਾਨ? ਤੰਤਰ ਮੰਤਰ, ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਪੰਡਿਤ ਸ਼ਾਮ ਸੁੰਦਰ ਜੀ, ਮੇਰਾ ਕਿੱਤਾ ਹੋਇਆ ਚੱਲੇਗਾ 7 ਸਮੁੰਦਰੋਂ ਪਾਰ। ਅਜਿਹਾ ਕੋਈ ਤਾਲਾ ਨਹੀਂ ਜੋ ਖੁੱਲੇ ਨਾ, ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ। ਸਮੱਸਿਆ ਦਾ ਸਮਾਧਾਨ 100% ਗਰੰਟੀ ਦੇ ਨਾਲ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ, ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਲਵ ਮੈਰਿਜ, ਲਾਟਰੀ ਨੰਬਰ, PR ਪ੍ਰੋਬਲਮ, ਵਿਦੇਸ਼ 'ਚ ਪੱਕਾ ਹੋਣਾ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਸੱਸ ਨੂੰ, ਪਤੀ ਪਤਨੀ 'ਚ ਅਣਬਣ ਜਾਂ ਦਾਜ 'ਚ ਝਗੜਾ, ਮਨ ਜਾਇਆ ਪਿਆਰ, ਬੱਚੇ ਕਹਿਣੇ ਤੋਂ ਬਾਅਦ ਘਰ 'ਚ ਕਲੇਸ਼। ਜੇਕਰ ਤੁਹਾਡਾ ਕੋਈ ਭੈਣ ਭਰਾ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵੱਸ ਵਿੱਚ ਹੈ, ਤਾਂ ਉਸ ਨੂੰ ਬਾਹਰ ਕੱਢਣ ਲਈ ਪੰਡਿਤ ਸ਼ਾਮ ਸੁੰਦਰ ਜੀ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 97795-056-88। ਨੰਬਰ ਇੱਕ ਵਾਰ ਫਿਰ ਨੋਟ ਕਰ ਲੋ, 9779595056688।